ਤੁਸੀਂ ਸੁੱਟੇ ਹੋਏ ਅਲਮੀਨੀਅਮ ਦੇ ਕੈਨ ਤੋਂ ਬਹੁਤ ਸੋਹਣਾ ਡੋਂਗਾ ਬਣਾ ਸਕਦੇ ਹੋ। ਇੱਕ ਬੀਅਰ ਦਾ ਕੈਨ ਲਵੋ ਅਤੇ ਉਸ ਦਾ ਉੱਪਰਲਾ ਹਿੱਸਾ ਕੈਂਚੀ ਨਾਲ ਕੱਟ ਦਿਵੋ। ਰਿਮ ਨੂੰ ਕੱਟਣ ਨਾਲ ਤੁਹਾਨੂੰ ਤਿੱਖੇ ਕੋਨੇ ਦਿਖਣਗੇ, ਉਹਨਾਂ ਨੂੰ ਪੱਧਰਾ ਕਰ ਲਵੋ। ਥੱਲੇ ਤੋਂ 2 ਸੈਂਟੀਮੀਟਰ ਦੂਰ ਰਬੜ ਬੈਂਡ ਪਾ ਲਵੋ ਅਤੇ ਬਹੁਤ ਸਾਰੀਆਂ ਪੈਰਲਰ ਫੱਟੀਆਂ ਕੱਟ ਲਵੋ। ਇਹ ਪੱਤੀਆਂ ਜਾਂ ਫੱਟੀਆਂ ਪੱਖੇ ਦੇ ਪਰਾਂ ਦੀ ਤਰ੍ਹਾਂ ਲੱਗਣਗੀਆਂ। ਹਰੇਕ ਬਲੇਡ ਨੂੰ ਇਕੱਲਾ ਇਕੱਲਾ ਮੋੜੋ ਅਤੇ ਉਸ ਨੂੰ ਸੂਰਜ ਦੀਆਂ ਕਿਰਨਾਂ ਵਾਂਗ ਲੱਗਣਗੀਆਂ। ਤੁਸੀਂ ਇਸ ਨੂੰ ਘੁਮਾ ਕੇ ਟੇਪ ਕਰ ਸਕਦੇ ਹੋ ਕਿ ਥੱਲਿਓਂ ਕਿੱਦਾਂ ਦੇ ਲੱਗਣਗੇ। ਫਿਰ ਇੱਕ ਪੱਤੀ ਘੁਮਾ ਕੇ ਸੂਰਜ ਦੀਆਂ ਕਿਰਨਾਂ ਵਾਂਗ ਲੱਗਣਗੀਆਂ। ਤੁਸੀਂ ਇਸ ਨੂੰ ਘੁਮਾ ਕੇ ਦੇਖ ਸਕਦੇ ਹੋ ਕਿ ਥੱਲਿਓਂ ਇਹ ਕਿਸ ਤਰ੍ਹਾਂ ਦਾ ਲੱਗਣਗੀਆਂ। ਫਿਰ ਇੱਕ ਪੱਤੀ ਲਵੋ ਅਤੇ ਉਸ ਨੂੰ ਡੋਂਗੇ ਦੇ ਰਿਮ ਨਾਲ ਮੋੜ ਦਿਓ। ਇਸੇ ਤਰ੍ਹਾਂ ਮੋੜਦੇ ਰਹੋ ਅਤੇ ਡੋਂਗੇ ਦੁਆਲੇ ਰਿੰਗ ਬਣ ਜਾਵੇਗੀ। ਅੰਤ ਵਿੱਚ ਅਖੀਰ ਵਾਲੀ ਪੱਤੀ ਮੋੜੋ ਅਤੇ ਉਸ ਨੂੰ ਤੋੜ ਦਿਓ। ਇਹ ਤਾਲਾ ਹੋਵੇਗਾ। ਤੁਸੀਂ ਸੁੱਟੇ ਹੋਏ ਬੀਅਰ ਕੈਨ ਤੋਂ ਬਾਹਰ ਸੋਹਣਾ ਡੋਂਗਾ ਬਣਾ ਤੁਸੀਂ ਸੁੱਟੇ ਹੋਏ ਬੀਅਰ ਕੈਨ ਤੋਂ ਬਹੁਤ ਸੋਹਣਾ ਡੋਂਗਾ ਬਣਾ ਸਕਦੇ ਹੋ, ਜੋ ਕਿ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਰੱਖਣ ਦੇ ਕੰਮ ਆਵੇਗਾ, ਮੋਤੀ, ਕਲਿੱਪ ਅਤੇ ਰਬੜ ਆਦਿ।